ਵੱਡਾ ਜਿਹੜਾ ਉਹ ਚਣਾ ਦਾ ਸਰੋਤ ਹੁੰਦਾ। ਇਸ ਕਰਕੇ ਅੱਜ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾ ਜੀ, ਵਾਈਸ ਚਾਂਸਲਰ ਡਾਕਟਰ ਕੁਲਜੀਤ ਸਿੰਘ ਬੋਸਲ ਜੀ, ਗੁਰਪ੍ਰੀਤ ਬਾਜਾ ਖਾਨਾ ਜੀ, ਡਾਕਟਰ ਹਰਮਿੰਦਰ ਸਿੱਧੂ ਜੀ, ਡਾਕਟਰ ਰਿਆੜ ਅਤੇ ਯੂਨੀਵਰਸਿਟੀ ਦੀ ਫੈਕਲਟੀ ਅਤੇ ਐਗਰੀਕਲਚਰ ਡਿਪਾਰਟਮੈਂਟ ਦੇ ਅਧਿਕਾਰੀ ਅਤੇ ਕਿਸਾਨ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਜਿਵੇਂ 2 ਮਿੰਟ ਦਾ ਸਮਾਂ ਮਿਲਿਆ ਅਤੇ ਮੈਂ ਹੁਣ ਬਾਬਾ ਨਾਨਕ ਦੀ ਗੱਲ ਇੱਥੇ ਹੋਈ ਆ। ਅਸੀਂ ਆਮ ਕੈਂਪਾਂ ਦੇ ਵਿੱਚ ਇਸ ਵਾਰੀ ਹਨੇਰੀ ਲਿਆਂਦੀ ਹੈ ਪੰਜਾਬ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ, ਅਤੇ ਇਸ ਵਾਰੀ ਪਹਿਲੀ ਵਾਰੀ ਹੋਇਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਖੁਦ ਪਿੰਡਾਂ ਦੇ ਵਿੱਚ ਆ ਕੇ ਫੀਲਡ ਦੇ ਵਿੱਚ ਡੈਮੋਸਟ੍ਰੇਸ਼ਨਾਂ ਲਾਉਣ ਗਏ ਆ। ਮੈਂ ਮਹਿਸੂਸ ਕਰਦਾ ਕਿ ਇਹ ਕਨਵਰਜੈਂਸ ਜਿਹੜੀ ਆ ਖੇਤੀਬਾੜੀ ਮਹਿਕਮੇ ਦੀ, ਕਿਸਾਨਾਂ ਦੀ, ਕੋਆਪਰੇਟਿਵ ਮਹਿਕਮੇ ਦੀ ਅਤੇ ਐਗਰੀਕਲਚਰ ਡਿਪਾਰਟਮੈਂਟ ਦੀ ਅਤੇ ਜਿਹੜੀਆਂ ਇਹ ਫਾਊਂਡੇਸ਼ਨਸ ਨੇ ਜਾਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਲੱਗੀਆਂ ਉਹਨਾਂ ਦਾ ਆਪਸ ਵਿੱਚ ਜਿਹੜਾ ਜੋੜ ਆ ਇਹ ਇਨਕਲਾਬ ਦਾ ਪ੍ਰਤੀਕ ਆ, ਇਹੀ ਇਨਕਲਾਬ ਲਿਆ ਸਕਦਾ। ਬਾਬੇ ਨਾ ਅਸੀਂ ਜਦੋਂ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਤੂੰ ਗੁਰਦੁਆਰੇ ਰੋਜ਼ ਜਾਣਾ ਅਤੇ ਬਾਬੇ ਨਾਨਕ ਨੂੰ ਮੰਨਦਾ, ਸਾਰੇ ਹੱਥ ਖੜਾ ਕਰ ਦਿੰਦੇ ਸੀ ਕਿ ਬਾਬੇ ਨਾਨਕ ਨੂੰ ਮੰਨਦਾ। ਜਦੋਂ ਅਸੀਂ ਸਵਾਲ ਕਰਦੇ ਸੀ ਕਿ ਬਾਬੇ ਨਾਨਕ ਦੀ ਕਿਹੜਾ ਕਿਹੜਾ ਮੰਨਦਾ ਅਤੇ ਕੋਈ ਨਹੀਂ ਸੀ ਹੱਥ ਖੜਾ ਕਰਦਾ, ਕਿਉਂਕਿ ਬਾਬੇ ਨਾਨਕ ਨੂੰ ਫੋਟੋ ਲਾ ਕੇ ਮੰਨਣਾ ਜਿਹੜਾ ਉਹਨੂੰ ਬਾਬੇ ਨਾਨਕ ਦੇ ਦਿੱਤੇ ਹੋਏ ਸੰਦੇਸ਼ ਨੂੰ ਮੰਨਣਾ ਜ਼ਰੂਰੀ ਆ, ਅਤੇ ਉਹਦਾ ਸਾਨੂੰ ਇੰਨਾ ਵੱਡਾ ਸੁਨੇਹਾ ਮਿਲਿਆ ਕਿ ਬਾਬੇ ਨਾਨਕ ਦੀ ਅਸਲ 'ਚ ਸੁਨੇਹਾ ਕੀ ਆ। ਅਤੇ ਇੱਕ ਗੱਲ ਅਸੀਂ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ, ਕਹਿੰਦੇ ਜੀ ਸਾਰੇ ਲਾਉਂਦੇ ਆ ਸਾਨੂੰ ਕਿਉਂ ਰੋਕਦੇ ਹੋ। ਅਸੀਂ ਕਹਿੰਦੇ ਹੁੰਦੇ ਸੀ ਕਿ ਜਿਹੜਾ ਪਰਿਵਾਰ ਆ ਸਮਾਜ ਦੀ ਸਭ ਤੋਂ ਛੋਟੀ ਇਕਾਈ ਆ, ਪਰਿਵਾਰ ਰਲ ਕੇ ਪਿੰਡ ਬਣਦੇ ਆ, ਪਿੰਡ ਅਤੇ ਸ਼ਹਿਰ ਰਲ ਕੇ ਜ਼ਿਲ੍ਹੇ ਸੂਬੇ ਅਤੇ ਦੇਸ਼ ਬਣਦਾ, ਅਤੇ ਜੇ ਪਰਿਵਾਰ ਦੀ ਸਮਾਜ ਦੀ ਸਭ ਤੋਂ ਛੋਟੀ ਇਕਾਈ ਸੁਧਰ ਗਈ ਤਾਂ ਸਮੁੱਚਾ ਸਮਾਜ ਜਿਹੜਾ ਆਪਣੇ ਆਪ ਸੁਧਰ ਜਾਏਗਾ। ਸੋ ਉਹਨਾਂ ਨੇ ਸਾਡਾ ਅੰਗਾਰਾ ਭਰਿਆ। ਤੁਸੀਂ ਜਿਹੜੇ ਇੱਥੇ ਕਿਸਾਨ ਆਏ ਹੋ, ਮੈਨੂੰ ਇਹ ਲੱਗਦਾ ਕਿ ਇਹਨਾਂ ਸੰਸਥਾਵਾਂ ਨੇ ਬਾਬਾ ਦੁੱਲਾ ਸਿੰਘ ਜਲਾਲਦੀਵਾਲ, ਗਿਆਨੀ ਜਿਹੜੇ ਨਿਹਾਲ ਸਿੰਘ ਅਤੇ ਨਰੋਵਾ ਪੰਜਾਬ ਸੰਸਥਾ ਅਤੇ ਗੁਰਪ੍ਰੀਤ ਬਾਜਾ ਖਾਨਾ ਦੀ ਜਿਹੜੀ ਸੰਸਥਾ, ਇਹ ਲੰਮੇ ਸਮੇਂ ਤੋਂ ਲੱਗੀ ਹੋਈ ਆ ਸਾਡੇ ਨਾਲ। ਪੂਰਾ ਵਾਹ ਵਾਹ ਜੀ ਗੁਰਪ੍ਰੀਤ ਬਾਜਾ ਖਾਨਾ ਜੀ, ਫਰੀਦਕੋਟ ਦੇ ਜਿਹੜੇ ਖੇਤੀਬਾੜੀ ਵਾਲੇ ਸਾਨੂੰ ਦੱਸਦੇ ਰਹਿੰਦੇ ਤੁਸੀਂ ਕੀ ਕੰਮ ਕਰਦੇ ਹੋ। ਅਤੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ ਕਿ ਪੰਜਾਬ ਦੇ ਵਿੱਚ 78 ਲੱਖ ਏਕੜ ਦੇ ਵਿੱਚ ਝੋਨਾ ਲੱਗਿਆ ਹੋਇਆ, ਅਤੇ 78 ਲੱਖ ਏਕੜ ਝੋਨੇ ਦੇ ਵਿੱਚ ਜੇ ਪਰਾਲੀ, ਜੇ 1 ਕਿੱਲੇ ਦੀ ਪਰਾਲੀ ਸਾੜੀਏ ਤਾਂ 1 ਥੈਲਾ ਯੂਰੀਏ ਦਾ ਸੜਦਾ, ਅਤੇ ਜੇ ਇਸੇ ਤਰ੍ਹਾਂ 4 ਕਿੱਲਿਆਂ ਦੀ ਪਰਾਲੀ ਮਗਰ 1 ਥੈਲਾ ਡਾਈ ਦਾ ਸੜਦਾ, ਜਿਹੜਾ 1350 ਦਾ ਯੂਰੀਆ, 267-268 ਦਾ। ਜੇ ਆਪਾਂ ਟੋਟਲ ਜੋੜ ਲਾ ਲਈਏ 16 ਤੱਤ ਜਿਹੜੇ ਚਾਹੀਦੇ ਨੇ ਕਿਸੇ ਵੀ ਬੂਟੇ ਦੇ ਭਰਨ ਵਾਸਤੇ, ਅਤੇ ਜੇ ਆਪਾਂ ਪਰਾਲੀ ਨੂੰ ਇਸ ਤਰ੍ਹਾਂ ਸਾੜਦੇ ਰਹੇ ਜਾਂ ਕੱਢਦੇ ਰਹੇ ਤਾਂ ਇੱਥੇ ਵੱਡੀ ਮਾਈਨਿੰਗ ਹੋਏਗੀ, ਮਾਈਨਿੰਗ ਨਾਲ ਨਿਊਟ੍ਰੀਨ ਡੈਫੀਸ਼ੀਐਂਸੀ ਆਉਣਗੀਆਂ ਆਉਣ ਵਾਲੇ ਸਮੇਂ 'ਚ, ਇਕੱਲਾ ਕੈਂਸਰ ਨਹੀਂ ਵੱਡੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਖੇਤੀ ਦਾ ਖੁਰਾਕੀ ਤੱਤਾਂ ਦੀ ਘਾਟ ਕਾਰਨ ਪੰਜਾਬ ਦੀਆਂ ਜ਼ਮੀਨਾਂ 'ਚ ਘਾਟ ਆਏਗੀ, ਫਿਰ ਸਾਡੀ ਖੁਰਾਕ 'ਚ ਘਾਟ ਆਏਗੀ, ਸਾਡੇ ਸਰੀਰਾਂ 'ਚ ਘਾਟ ਆਏਗੀ, ਅਤੇ ਇਹ ਨਰੋਵਾ ਪੰਜਾਬ ਜਾਂ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਸਾਨੂੰ ਕਨਵਰਜੈਂਸ ਕਰਕੇ ਅਤੇ ਕੰਪਰੀਹੈਂਸਿਵ ਅਪਰੋਚ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਾਣਾ ਪਏਗਾ ਇਹਨਾਂ ਸ਼ਬਦਾਂ ਦੇ ਨਾਲ। ਕਿਉਂਕਿ ਮੈਂ ਮਹਿਸੂਸ ਕਰਦਾ ਕਿ ਇਕੱਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜ਼ੋਰ ਲਾਇਆ, ਮੈਨੂੰ ਆਪਦੇ ਜ਼ਿਲ੍ਹੇ ਦਾ ਪਤਾ ਕਿ ਸਾਡਾ ਲੁਧਿਆਣਾ ਜ਼ਿਲ੍ਹਾ ਜਿਹੜਾ ਪਿਛਲੀ ਵਾਰੀ ਬਹੁਤ ਜ਼ਿਆਦਾ ਮੂਹਰੇ ਸੀ ਇਹਦਾ ਅੱਗ ਲਾਉਣ ਦੇ ਵਿੱਚ, ਅਤੇ ਪੰਜਾਬ ਦੇ ਵਿੱਚੋਂ ਪਹਿਲਾ ਜ਼ਿਲ੍ਹਾ ਸਾਡਾ ਜਿਹਨੇ 55% ਰਿਡਕਸ਼ਨ ਕੀਤੀ ਆ ਪੰਜਾਬ ਦੇ ਵਿੱਚ, ਉਹਦਾ ਸਿੱਧਾ ਸਿੱਧਾ ਸਿਹਰਾ ਇੱਥੋਂ ਦੇ ਡਿਪਟੀ ਕਮਿਸ਼ਨਰ ਮੈਡਮ ਸੁਪਰੀ ਮਲਕ ਅਤੇ ਇੱਥੋਂ ਦੇ ਚੀਫ ਐਗਰੀਕਲਚਰ ਅਫਸਰ ਡਾਕਟਰ ਮਨਜੀਤ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਾਂਦਾ, ਸਾਰੇ ਜ਼ਿਲ੍ਹਿਆਂ ਨੇ ਬਹੁਤ ਜ਼ੋਰ ਲਾਇਆ। ਲੋੜ ਇੱਕੋ ਹੀ ਆ ਕਿ ਕੋਆਪਰੇਟਿਵ ਡਿਪਾਰਟਮੈਂਟ ਤੋਂ ਵੱਡੀ ਗਿਣਤੀ 'ਚ ਮਸ਼ੀਨਾਂ ਨੇ ਜਿਹੜੀਆਂ 80% ਸਬਸਿਡੀ 'ਤੇ ਮਿਲੀਆਂ ਹੋਈਆਂ। ਇੱਕ ਸਾਡੇ ਇੱਥੇ ਹੰਬੜਾ ਦੇ ਵਿੱਚ ਸੈਂਡੀ ਆ ਪਰਮਿੰਦਰ ਸਿੰਘ ਚਾਵਲਾ, ਮੈਨੂੰ ਮਿਲੇ ਸੀ ਸਵੇਰੇ, ਉਹਨਾਂ ਨੇ 15 ਪਿੰਡ 0 ਬਰਨਿੰਗ ਦੇ ਕੀਤੇ ਆ। ਜੇ ਇਕੱਲੀ ਇਕੱਲੀ ਕੋਆਪਰੇਟਿਵ ਸੈਂਡੀ ਜਿਹਦੇ 80% ਸਬਸਿਡੀ ਪੰਜਾਬ ਸਰਕਾਰ ਦੀ ਮਸ਼ੀਨਾਂ ਦਿੱਤੀ ਆ, ਜੇ ਉਹ ਮਸ਼ੀਨਾਂ ਦੀ ਸਹੀ ਵਰਤੋਂ ਕਰ ਲੈਣ ਐਗਰੀਕਲਚਰ ਡਿਪਾਰਟਮੈਂਟ, ਕੋਆਪਰੇਟਿਵ ਡਿਪਾਰਟਮੈਂਟ ਅਤੇ ਸਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਰੇ ਮਹਿਕਮੇ ਆਪਸ ਵਿੱਚ ਕਨਵਰਜੈਂਸ ਕਰਕੇ ਬਣਨ, ਅਤੇ ਕੋਈ ਵਜ੍ਹਾ ਨਹੀਂ ਕਿ ਇਹ ਹਾਲ ਜਿਹੜਾ ਛੋਟਾ ਨਾ ਪੈ ਜਾਵੇ। ਇਕੱਲੇ ਇਕੱਲੇ ਕਿਸਾਨ ਜਿਹੜੇ ਪੰਜਾਬ ਦੇ ਆ ਇਸ ਗੱਲ ਦਾ ਬੀੜਾ ਚੁੱਕਣ, ਪੰਜਾਬ ਪਹਿਲਾਂ ਵੀ ਇਨਕਲਾਬ ਕਰਦਾ ਰਿਹਾ, ਪੰਜਾਬ ਹੁਣ ਇਸ ਵਿਸ਼ੇ ਉੱਤੇ ਵੀ ਇਨਕਲਾਬ ਕਰੇਗਾ।